ਅਚਨਚੇਤ ਜਦ ਚੀਫ ਮਿਨਿਸਟਰ ਦੀ ਦੌੜ ਚ ਸਨ, ਨਹੀਂ ਬਣਾਇਆ ਗਿਆ, ਹਾਲਾਂਕਿ ਹਾਰੇ ਵੀ ਸੀ, ਤਾਂ ਹੁਣ ਉਹਨਾਂ ਨੂੰ ਇਹ ਯਾਦ ਆਉਣ ਲੱਗ ਪਿਆ ਕਿ ਜਿਹੜੀ ਕਾਂਗਰਸ ਪਾਰਟੀ ਉਹ ਤਾਂ ਬਹੁਤ ਮਾੜੀ ਪਾਰਟੀ ਹੈ, ਪੰਜਾਬ ਨੂੰ ਵੰਡਣਾ ਚਾਹੁੰਦੀ ਹੈ। ਮੈਂ ਦੱਸਣਾ ਚਾਹੁੰਦਾ ਇਹ ਉਹ ਕਾਂਗਰਸ ਪਾਰਟੀ ਹੈ, ਜਾਖੜ ਸਾਹਿਬ ਜੀ ਨੇ ਸ਼ਹਾਦਤਾਂ ਦਿੱਤੀਆਂ ਇਸ ਪੰਜਾਬ ਨੂੰ ਬਚਾਉਣ ਵਾਸਤੇ, ਜਿੱਥੇ ਤੁਸੀਂ ਇਹ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਪੰਜਾਬ ਨਹੀਂ ਹੋਣਾ ਸੀ। ਅਚਨਚੇਤ ਜਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਤੁਸੀਂ ਇਹ ਕਹਿਣ ਲੱਗ ਪਏ ਕਿ ਨਫ਼ਰਤ ਦੇ ਬੀਜ ਬੋਂਦੀ ਹੈ, ਹਿੰਦੂ ਤੇ ਮੁਸਲਮਾਨ ਨੂੰ ਆਪਸ ਵਿੱਚ ਵੰਡਣਾ। ਅਸੀਂ ਤਾਂ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ, ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ, ਹਰ ਵਿਅਕਤੀ ਵਿਸ਼ੇਸ਼ ਨੂੰ ਨਾਲ ਲੈ ਕੇ ਚੱਲਦੇ ਹਾਂ। ਅਸੀਂ ਹਿੰਦੂਆਂ ਦੇ ਅਗਰ ਖਿਲਾਫ ਹੁੰਦੀ ਕਾਂਗਰਸ ਪਾਰਟੀ, ਫਿਰ ਜਾਖੜ ਪਰਿਵਾਰ ਨੂੰ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਨੇ ਸਿਰ ਦਾ ਤਾਜ ਨਹੀਂ ਬਣਾਉਣਾ ਸੀ। ਤੁਸੀਂ ਚੁਣਾਵ ਹਾਰ ਗਏ ਜਾਖੜ ਸਾਹਿਬ, ਇਸ ਦੇ ਬਾਵਜੂਦ ਤੁਹਾਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ, ਤੁਸੀਂ ਫਿਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਲੜਾਇਆ, ਉਹ ਤੁਸੀਂ ਗਲਤ ਕੀਤਾ। ਤੁਸੀਂ ਜਾਣ ਬੁੱਝ ਕੇ ਜਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਫਿਰ ਤੁਸੀਂ ਇਹ ਮਨ ਚ ਠਾਣ ਲਿਆ ਆਪਦੇ ਬੀਜੇਪੀ ਨਾਲ ਸਮਝੌਤੇ ਦੇ ਮੁਤਾਬਕ ਕਿ ਮੈਂ ਕਾਂਗਰਸ ਪਾਰਟੀ ਨੂੰ ਕਿੱਦਾਂ ਹਰਾਉਣਾ, ਤੇ ਤੁਸੀਂ ਇਹ ਨਫ਼ਰਤ ਪੈਦਾ ਕੀਤੀ ਕਿ ਅਸੀਂ ਹਿੰਦੂਆਂ ਤੋਂ ਨਫ਼ਰਤ ਕਰਦੀ ਹੈ ਕਾਂਗਰਸ ਪਾਰਟੀ। ਅਗਰ ਹਿੰਦੂਆਂ ਤੋਂ ਨਫ਼ਰਤ ਕਰਦੀ ਹੁੰਦੀ ਤਾਂ ਫਿਰ ਤੁਹਾਨੂੰ ਸਿਰ ਦਾ ਤਾਜ ਬਣਾ ਕੇ ਕਿੱਦਾਂ ਰੱਖਦੀ 68 ਸਾਲ? ਇਹ ਤੁਸੀਂ ਜਾਣ ਬੁੱਝ ਕੇ ਇਹੋ ਜਿਹੀ ਕੋਝੀ ਜਿਹੜੀ ਰਾਜਨੀਤੀ, ਗੰਦੀ ਰਾਜਨੀਤੀ, ਇਹ ਤੁਸੀਂ ਸ਼ੁਰੂਆਤ ਕੀਤੀ ਹੈ। ਹਿੰਦੂਆਂ ਨੂੰ ਤਾਂ ਗਲੇ ਨਾਲ ਲਾ ਕੇ ਰੱਖਿਆ ਹਮੇਸ਼ਾ ਇਸ ਪਾਰਟੀ ਨੇ। ਮੈਨੂੰ ਯਾਦ ਹੈ ਇਹ ਉਹ ਪੰਜਾਬ ਦੇ ਮਾੜੇ ਦਿਨ ਮੈਂ ਜਿਹੜਾ ਪਹਿਲਾਂ ਜ਼ਿਕਰ ਕੀਤਾ, ਸੋ ਇਸ ਤਰ੍ਹਾਂ ਦੀ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰੇਕ ਸਿਆਸੀ ਪਾਰਟੀ ਹੁਣ ਆਪਣੇ ਕੈਂਡੀਡੇਟ ਲੱਭਣ ਲੱਗ ਪਈ ਹੈ ਔਰ ਜਮ੍ਹਾਂ ਘਟਾ ਦੇ ਗਣਿਤ ਦੇ ਵਿਚ ਪੈ ਗਈ ਹੈ ਔਰ ਇਸ ਵਿਚਾਲੇ ਵਾਰ ਪਲਟਵਾਰ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ। ਸੁਨੀਲ ਜਾਖੜ ਭਾਜਪਾ ਪ੍ਰਧਾਨ ਕਾਂਗਰਸ ਦੇ ਉੱਤੇ ਨਿਸ਼ਾਨਾ ਸਾਧ ਰਹੇ ਨੇ, ਮੇਰੇ ਨਾਲ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ। ਵੜਿੰਗ ਸਾਹਿਬ, ਕਹਿੰਦੇ ਪੰਜਾਬ ਦੇ ਵਿਚ ਨਫ਼ਰਤ ਦੀ ਰਾਜਨੀਤੀ ਦੇ ਜਿਹੜੇ ਬੀ ਹੈ ਉਹ ਕਾਂਗਰਸ ਬੀਜਦੀ ਹੈ, ਇਹ ਸੁਨੀਲ ਜਾਖੜ ਕਹਿ ਰਹੇ ਨੇ। ਪਤਾ ਨਹੀਂ ਜਾਖੜ ਸਾਹਿਬ ਕਿਉਂ ਇਹ ਗੱਲ ਕਹਿ ਰਹੇ ਨੇ, ਬਹੁਤ ਸਤਿਕਾਰਯੋਗ ਨੇ ਜਾਖੜ ਸਾਹਿਬ ਔਰ ਸਾਰੀ ਉਮਰ, ਮੈਂ ਹਮੇਸ਼ਾ ਇਹ ਕਹਿੰਦਾ ਕਿ 68 ਸਾਲ ਦੀ ਉਹਨਾਂ ਦੀ ਉਮਰ ਹੋਗੀ ਤਕਰੀਬਨ, 68 ਸਾਲ ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਕਾਂਗਰਸ ਪਾਰਟੀ ਨਫ਼ਰਤ ਦੇ ਬੀਜ ਬੋਂਦੀ ਹੈ। ਅਚਨਚੇਤ ਜਦ ਚੀਫ ਮਿਨਿਸਟਰ ਦੀ ਦੌੜ ਚ ਸਨ, ਨਹੀਂ ਬਣਾਇਆ ਗਿਆ, ਹਾਲਾਂਕਿ ਹਾਰੇ ਵੀ ਸੀ, ਤਾਂ ਹੁਣ ਉਹਨਾਂ ਨੂੰ ਇਹ ਯਾਦ ਆਉਣ ਲੱਗ ਪਿਆ ਕਿ ਜਿਹੜੀ ਕਾਂਗਰਸ ਪਾਰਟੀ ਉਹ ਤਾਂ ਬਹੁਤ ਮਾੜੀ ਪਾਰਟੀ ਹੈ, ਪੰਜਾਬ ਨੂੰ ਵੰਡਣਾ ਚਾਹੁੰਦੀ ਹੈ। ਮੈਂ ਦੱਸਣਾ ਚਾਹੁੰਦਾ ਇਹ ਉਹ ਕਾਂਗਰਸ ਪਾਰਟੀ ਹੈ, ਜਾਖੜ ਸਾਹਿਬ ਜੀ ਨੇ ਸ਼ਹਾਦਤਾਂ ਦਿੱਤੀਆਂ ਇਸ ਪੰਜਾਬ ਨੂੰ ਬਚਾਉਣ ਵਾਸਤੇ, ਜਿਹੜੇ ਉਹ ਕਾਲੇ ਦਿਨ ਸੀਗੇ ਮੁੜ ਦੁਬਾਰੇ। ਤੁਸੀਂ ਆਪ ਕਹਿੰਦੇ ਰਹੇ ਹੋ, ਤੁਹਾਡੀਆਂ 25 ਸਟੇਟਮੈਂਟਸ ਹੈਗੀਆਂ ਜਿੱਥੇ ਤੁਸੀਂ ਇਹ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਪੰਜਾਬ ਨਹੀਂ ਹੋਣਾ ਸੀ। ਅਚਨਚੇਤ ਜਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਤੁਸੀਂ ਇਹ ਕਹਿਣ ਲੱਗ ਪਏ ਕਿ ਨਫ਼ਰਤ ਦੇ ਬੀਜ ਬੋਂਦੀ ਹੈ। ਸੋ ਇਸ ਤਰ੍ਹਾਂ ਦੀ ਟਿੱਪਾ ਟਿੱਪਣੀ ਕਰਨੀ ਏਡੇ ਵੱਡੇ ਲੀਡਰ ਤੋਂ, ਜਿਹੜਾ ਇਸ ਪਾਰਟੀ ਨਾਲ ਇੰਨੇ ਸਾਲ ਜਿਨ੍ਹਾਂ ਦੇ ਸਬੰਧ ਰਹੇ ਹੋਣ, ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਅਸੀਂ ਕਿਸੇ ਪ੍ਰਕਾਰ ਦੇ ਨਫ਼ਰਤ ਦੇ ਬੀਜ ਨਹੀਂ ਬੋਂਦੇ। ਰਾਹੁਲ ਗਾਂਧੀ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ, ਇਹ ਤੁਹਾਡੀ ਪਾਰਟੀ ਦਾ ਕੰਮ ਹੈ ਜਿਹੜੀ ਚ ਅੱਜ ਕੱਲ੍ਹ ਤੁਸੀਂ ਨਵੀਂ ਪਾਰਟੀ ਚ ਗਏ ਹੋ, ਪੋਲਰਾਈਜੇਸ਼ਨ ਕਰਨੀ, ਹਿੰਦੂ ਤੇ ਸਿੱਖਾਂ ਨੂੰ ਆਪਸ ਵਿਚ ਵੰਡਣਾ, ਹਿੰਦੂ ਤੇ ਮੁਸਲਮਾਨ ਨੂੰ ਆਪਸ ਵਿਚ ਵੰਡਣਾ। ਅਸੀਂ ਤਾਂ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ, ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ, ਹਰ ਵਿਅਕਤੀ ਵਿਸ਼ੇਸ਼ ਨੂੰ ਨਾਲ ਲੈ ਕੇ ਚੱਲਦੇ ਹਾਂ। ਅਸੀਂ ਹਿੰਦੂਆਂ ਦੇ ਅਗਰ ਖਿਲਾਫ ਹੁੰਦੀ ਕਾਂਗਰਸ ਪਾਰਟੀ, ਫਿਰ ਜਾਖੜ ਪਰਿਵਾਰ ਨੂੰ
ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਨੇ ਸਿਰ ਦਾ ਤਾਜ ਨਹੀਂ ਬਣਾਉਣਾ ਸੀ। ਤੁਸੀਂ ਚੁਣਾਵ ਹਾਰ ਗਏ ਜਾਖੜ ਸਾਹਿਬ, ਇਸ ਦੇ ਬਾਵਜੂਦ ਤੁਹਾਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ, ਤੁਸੀਂ ਫਿਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਲੜਾਇਆ। ਦੇਖੋ, ਹਾਰੇ ਹੋਏ ਵਿਅਕਤੀ ਨੂੰ ਕਿਸੇ ਪਾਰਟੀ ਨੇ, ਮੈਨੂੰ ਦੱਸ ਦਿਓ, ਜਦੋਂ ਅਸੀਂ 80 ਸੀਟਾਂ ਜਿੱਤੇ ਤੁਸੀਂ ਚੁਣਾਵ ਹਾਰ ਗਏ, ਹਾਰੇ ਹੋਏ ਵਿਅਕਤੀ ਨੂੰ PCC ਦਾ ਪ੍ਰਧਾਨ ਬਣਾਉਣਾ ਇਹ ਬੜੀ ਵੱਡੀ ਗੱਲ ਹੈ। ਤੁਸੀਂ ਭੁੱਲ ਗਏ ਹੋ, ਨਫ਼ਰਤ ਦੇ ਬੀਜ ਅਸੀਂ ਨਹੀਂ ਪਾਉਂਦੇ। ਫਿਰ ਉਸੇ ਵਿਅਕਤੀ ਨੂੰ ਬਾਏ ਇਲੈਕਸ਼ਨ, ਤੁਹਾਡਾ ਗੁਰਦਾਸਪੁਰ ਨਾਲ ਕੋਈ ਤਲੁਕਾਤ ਨਹੀਂ ਸੀ, ਮਾਲਵੇ ਦੇ ਰਹਿਣ ਵਾਲੇ ਹੋ ਤੁਸੀਂ, ਫਿਰੋਜ਼ਪੁਰੋਂ ਲੜਾਉਣਾ ਸੀ, ਪਰ ਤੁਹਾਨੂੰ ਸੇਫ ਸੀਟ ਉੱਥੇ ਬਾਏ ਇਲੈਕਸ਼ਨ ਚ ਲੜਾ ਕੇ MP ਬਣਾਇਆ। ਔਰ ਕਾਂਗਰਸ ਪਾਰਟੀ ਕਿੰਨੀ ਚੰਗੀ ਪਾਰਟੀ ਹੈ ਕਿ ਤੁਹਾਨੂੰ ਫੇਰ ਕਿਤੇ ਨਾ ਕਿਤੇ ਕੰਸੀਡਰ ਕਰ ਰਹੀ ਸੀ ਪਾਰਟੀ ਕਿ ਚਲੋ ਹਾਰੇ ਹੋਏ ਵਿਅਕਤੀ ਨੂੰ ਵੀ ਤੁਸੀਂ ਦੁਬਾਰਾ ਚੋਣ ਹਾਰ ਗਏ MP ਦੀ, ਵੀ ਅਸੀਂ ਇਹਨਾਂ ਨੂੰ ਚੀਫ ਮਿਨਿਸਟਰ ਬਣਾ ਦੇ। ਹਾਲਾਂਕਿ MLA ਦਾ ਅਧਿਕਾਰ ਹੈ, MLA ਦਾ ਅਧਿਕਾਰ ਹੈ ਜਿਹੜਾ MLA ਜਿੱਤਿਆ ਹੁੰਦਾ। ਸੋ ਇਹੋ ਜੀ ਗੱਲਾਂ ਜਾਖੜ ਸਾਹਿਬ ਤੁਹਾਡੇ ਮੂੰਹ ਚੋਂ ਸ਼ੋਭਾ ਨਹੀਂ ਦਿੰਦੀਆਂ। ਜਿੱਤਾਂ ਹਾਰਾਂ ਚਲਦੀਆਂ ਆਉਂਦੀਆਂ ਨੇ। ਅਸੀਂ 3 ਰਾਜਾਂ ਚ ਕਿਉਂ ਹਾਰ ਗਏ, ਤੇਲੰਗਾਨਾ ਚ ਕਿਉਂ, 3 ਸਟੇਟਾਂ ਚ, ਉੱਥੇ ਵੀ ਵੋਟ ਕਾਸਟ ਜਿਹੜੀ ਹੈ ਉਸ ਦਾ ਜ਼ਿਕਰ ਕਰਦੇ ਸੀ, ਔਰ 2022 ਚ ਵੀ ਇਹੀ ਕੀਤਾ, ਹਿੰਦੂ ਸਿੱਖ ਕੀਤਾ। ਇਸ ਕਰਕੇ ਉਹ ਤੁਸੀਂ ਗਲਤ ਕੀਤਾ, ਤੁਸੀਂ ਜਾਣ ਬੁੱਝ ਕੇ ਜਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ, ਫਿਰ ਤੁਸੀਂ ਇਹ ਮਨ ਚ ਠਾਣ ਲਿਆ ਆਪਦੇ BJP ਨਾਲ ਸਮਝੌਤੇ ਦੇ ਮੁਤਾਬਕ ਕਿ ਮੈਂ ਕਾਂਗਰਸ ਪਾਰਟੀ ਨੂੰ ਕਿੱਦਾਂ ਹਰਾਉਣਾ, ਤੇ ਤੁਸੀਂ ਇਹ ਨਫ਼ਰਤ ਪੈਦਾ ਕੀਤੀ ਕਿ ਅਸੀਂ ਹਿੰਦੂਆਂ ਤੋਂ ਨਫ਼ਰਤ ਕਰਦੀ ਹੈ ਕਾਂਗਰਸ ਪਾਰਟੀ। ਅਗਰ ਹਿੰਦੂਆਂ ਤੋਂ ਨਫ਼ਰਤ ਕਰਦੀ ਹੁੰਦੀ ਤਾਂ ਫਿਰ ਤੁਹਾਨੂੰ ਸਿਰ ਦਾ ਤਾਜ ਬਣਾ ਕੇ ਕਿੱਦਾਂ ਰੱਖਦੀ 68 ਸਾਲ? ਇਹ ਤੁਸੀਂ ਜਾਣ ਬੁੱਝ ਕੇ ਇਹੋ ਜੀ ਕੁਝ ਹੀ ਜਿਹੜੀ ਰਾਜਨੀਤੀ, ਗੰਦੀ ਰਾਜਨੀਤੀ, ਇਹ ਤੁਸੀਂ ਸ਼ੁਰੂਆਤ ਕੀਤੀ ਹੈ। ਹਿੰਦੂਆਂ ਨੂੰ ਤਾਂ ਗਲੇ ਨਾਲ ਲਾ ਕੇ ਰੱਖਿਆ ਹਮੇਸ਼ਾ ਇਸ ਪਾਰਟੀ ਨੇ। ਮੈਨੂੰ ਯਾਦ ਹੈ ਇਹ ਉਹ ਪੰਜਾਬ ਦੇ ਮਾੜੇ ਦਿਨ ਮੈਂ ਜਿਹੜਾ ਪਹਿਲਾਂ ਜ਼ਿਕਰ ਕੀਤਾ। ਸੋ ਇਸ ਤਰ੍ਹਾਂ ਦੀ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਲੇਕਿਨ ਜਾਖੜ ਸਾਹਿਬ ਜਿਸ ਤਰੀਕੇ ਨਾਲ ਕਹਿ ਰਹੇ, ਦੂਸਰਾ ਇਹ ਵੀ ਇਹ ਕਿ ਅਯੋਧਿਆ ਜਾਣਾ 22 ਤਰੀਕ ਨੂੰ, ਫੇਰ ਚਰਚਾ ਇਹ ਚੱਲੀ ਤੁਸੀਂ ਮੀਟਿੰਗ ਲਈ, ਹਿੰਦੂ ਤੇ OBC ਚਿਹਰਿਆਂ ਨੂੰ ਤਵੱਜੋ ਦੇਗੀ ਲੋਕ ਸਭਾ ਦੇ ਵਿਚ, ਇਹ ਖ਼ਬਰਾਂ ਚੱਲੀਆਂ, ਇਸ ਤਰੀਕੇ ਦੀ ਚਰਚਾ ਹੋਈ ਸੀ ਕਿ ਹਿੰਦੂ OBC ਚਿਹਰੇ ਨੂੰ ਤਵੱਜੋ ਲੋਕ ਸਭਾ ਦੀਆਂ ਚੋਣਾਂ ਚ ਦਿੱਤੀ ਜਾਏਗੀ? ਇਸ ਤਰ੍ਹਾਂ ਦੀ ਕੋਈ ਚਰਚਾ ਹੋਈ ਨਹੀਂ ਹੈ ਸਾਡੀ। ਰਾਮ ਮੰਦਿਰ ਜਾਣਾ, ਅਸੀਂ ਰਾਮ ਮੰਦਿਰ ਕੋਈ ਇਹਨਾਂ ਦਾ ਤਾਂ ਨਹੀਂ। ਰਾਮ ਮੰਦਿਰ ਦੇ ਦਰਵਾਜੇ ਜਦੋਂ ਬੰਦ ਪਏ ਸਨ ਤਾਂ ਸਵਰਗੀ ਰਾਜੀਵ ਗਾਂਧੀ ਜੀ ਨੇ ਉਹ ਦਰਵਾਜੇ ਖੋਲੇ ਸਨ। ਕੋਈ ਰਾਮ ਮੰਦਿਰ ਕਿਸੇ ਵਿਅਕਤੀ ਵਿਸ਼ੇਸ਼ਤਾ ਥੋੜੀ ਹੈ। ਮੈਂ ਕਹਿੰਦਾ ਹਰਿਮੰਦਰ ਸਾਹਿਬ ਗੁਰਦੁਆਰਾ ਰਾਜੇ ਵੜਿੰਗ ਦਾ ਕੋਈ ਵਿਅਕਤੀ ਵਿਸ਼ੇਸ਼ਤਾ ਥੋੜੀ ਹੈ, ਨਾ ਹੀ ਕੋਈ ਇਹ ਧਰਮ ਸਿਖਾਉਂਦਾ। ਰਾਮ ਮੰਦਿਰ ਸਾਡਾ ਵੀ ਹੈ, ਸਾਡਾ ਵੀ ਉਹਦੇ ਚ ਯੋਗਦਾਨ ਹੈਗਾ। ਮਤਲਬ ਕਿ ਅਸੀਂ ਰਾਮ ਜੀ ਦੇ ਭਗਤ ਹੈ, ਸਾਰੀ ਦੁਨੀਆ ਰਾਮ ਜੀ ਨੂੰ ਮੰਨਦੇ ਹੈ। ਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਰਾਮ ਜੀ ਦਾ ਵਰਣਨ ਹੈਗਾ। ਸੋ ਨਾ ਹੀ ਕੋਈ ਐਸੀ ਗੱਲ ਹੋਈ ਹੈ। ਪਹਿਲਾਂ ਵੀ ਹਿੰਦੂ ਲੋਕਾਂ ਨੂੰ ਜਿੰਨੇ ਵੀ ਰਿਪ੍ਰੈਜੈਂਟੇਸ਼ਨ ਟੂ ਆਲ ਜਾਤੀਆਂ, ਕਾਸਟ ਕੰਬੀਨੇਸ਼ਨ, ਉਹ ਸਾਰੀਆਂ ਪਾਰਟੀਆਂ ਹਮੇਸ਼ਾ ਹੀ ਰੱਖਦੀਆਂ, ਕੋਈ ਵੱਧ ਕਰ ਦਿੰਦੀ ਹੈ, ਕੋਈ ਘੱਟ ਕਰ ਦਿੰਦੀ ਹੈ। ਇਹ ਖਬਰ ਚੱਲੀ ਕਿ ਹਿੰਦੂ OBC ਨੂੰ ਤਵੱਜੋ ਦੇਗੀ ਲੋਕ ਸਭਾ, ਇਸ ਤਰੀਕੇ ਦੀ ਕੋਈ ਸੀਗੀ ਚਰਚਾ ਜਾਂ ਇਸ ਤਰੀਕੇ ਦੀ ਕਿਵੇਂ? ਨੋ, ਇਸ ਪ੍ਰਕਾਰ ਦੀ ਕੋਈ ਗੱਲ ਨਹੀਂ ਸੀ। ਬੈਠ ਕੇ ਅਸੀਂ ਲਾਈਕ ਮਾਈਂਡਡ ਲੋਕਾਂ ਨਾਲ ਇੱਕ ਮੀਟਿੰਗ ਕੀਤੀ ਹੈ, ਸੋ ਦੈਟ ਅਸੀਂ SC ਕਮਿਊਨਿਟੀ ਨਾਲ ਮੀਟਿੰਗ ਕਰਦੇ ਹਾਂ, ਅਸੀਂ OBC ਕਮਿਊਨਿਟੀ ਨਾਲ ਮੀਟਿੰਗ ਕਰਦੇ ਹਾਂ, ਅਸੀਂ ਜਨਰਲ ਜਿਹੜੇ ਲੋਕ ਆ ਉਹਨਾਂ ਨਾਲ ਮੀਟਿੰਗ ਕਰਦੇ ਹਾਂ। ਇਹ ਵੈਸੇ ਇੱਕ ਮੀਟਿੰਗ ਸੀ, ਇਸ ਤਰ੍ਹਾਂ ਦੀ ਕੋਈ ਗੱਲ ਚੱਲੀ ਨਹੀਂ। ਮੈਂਬਰ ਆਫ ਪਾਰਲੀਮੈਂਟ ਦੀ ਡਿਸਕਸ਼ਨ ਕਿੱਥੋਂ ਹੋਗੀ, ਕਿਹਨੇ ਕਰਤੀ? ਜਾਖੜ ਸਾਹਿਬ ਬਹਿਕੇ ਜੇ ਫਿਰਦੇ ਹੈ, ਕਿਉਂਕਿ ਉਹਨਾਂ ਨੂੰ ਇਹ ਗੱਲ ਪਤਾ ਹੈ ਕਿ ਪੰਜਾਬ ਦੇ ਵਿੱਚ BJP ਨੂੰ ਕੋਈ ਮੰਨਣ ਵਾਲਾ ਨਹੀਂ ਹੈ।
ਸੋ ਜਗ੍ਹਾ ਤਲਾਸ਼ ਤੇ ਫਿਰਦੇ ਹੈ, ਫਿਰ ਇੰਨਾ ਹੀ ਕੋਈ ਗੱਲ ਹੁੰਦੀ ਤਾਂ ਬਹੁਤ ਸਾਰੇ ਬੰਦੇ ਅੱਜ ਵੀ ਤੁਹਾਡੀ ਪਾਰਟੀ ਚੋਂ ਛੱਡ ਛੱਡ ਕੇ ਸਾਡੇ ਨਾਲ ਆ ਰਹੇ ਹੈ। ਸੋ ਜਾਖੜ ਸਾਹਿਬ ਦੀ ਇਸ ਗੱਲ ਦੀ ਮੈਂ ਉਹਨਾਂ ਦੀ ਮੈਂ ਕੀ ਕਹਾਂ, ਨਿੰਦਾ ਹੀ ਕਹਿ ਸਕਦਾ। ਕਿ ਭਾਜਪਾ ਤੇ ਅਕਾਲੀ ਦਲ ਦਾ ਅਲਾਇੰਸ, ਇਸ ਨੂੰ ਲੈ ਕੇ ਪ੍ਰਤਾਪ ਬਾਜਵਾ ਵੀ ਕਹਿ ਰਹੇ ਕਿ ਹੋਣ ਜਾ ਰਿਹਾ, ਪਹਿਲੀ ਸ਼ਰਤ ਰੱਖੀ ਸੀ ਮਾਫੀ ਮੰਗਣ ਦੀ, ਇਹ ਵੀ ਇੱਕ ਚਰਚਾਵਾਂ ਚੱਲੀਆਂ। ਢੀਂਡਸਾ ਹੋਰਾਂ ਦੇ ਤੇਵਰ ਨਰਮ ਹੋਏ, ਕਿਸ ਤਰੀਕੇ ਦਾ ਸਿਨੈਰੀਓ ਦੇਖ ਕੇ? ਢੀਂਡਸਾ ਹੋਰਾਂ ਦੇ ਕਿਸੇ ਦੇ ਤੇਵਰ ਨਰਮ ਹੋਏ ਜਾਂ ਨਹੀਂ ਹੋਏ, ਪਰ ਅਲਾਇੰਸ ਤਾਂ ਪਹਿਲਾਂ ਹੀ ਤੈਅ ਸੀ। ਭਾਜਪਾ ਦੋਨੇ ਪਾਰਟੀਆਂ ਸਕਸ਼ਮ ਨਹੀਂ ਹੈ ਕਿ 13-13 ਸੀਟਾਂ ਤੇ ਚੁਣਾਵ ਲੜ ਸਕਣ। ਦੋਨੇ ਪਾਰਟੀਆਂ ਇਹ ਦੇਖ ਰਹੀਆਂ ਵੀ ਕਦੋਂ ਅਸੀਂ ਇਕੱਠੇ ਹੋ ਕੇ ਚੁਣਾਵ ਲੜੀਏ। ਮੈਂ ਇਹ ਸਮਝਦਾ ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ। ਵੈਸੇ ਤਾਂ ਪਹਿਲਾਂ ਵੀ ਉਨ੍ਹਾਂ ਦਾ ਗੱਠਜੋੜ ਸੀਗਾ ਹੀ ਸੀਗਾ। ਅੱਜ ਤੱਕ ਆਦਰਨੀ ਹਰਸਿਮਰਤ ਕੌਰ ਬਾਦਲ ਜੀ ਕੋਲ 8 ਕੈਟਾਗਰੀ ਹਾਊਸ ਉੱਥੇ ਹੈਗਾ। ਹਾਲਾਂਕਿ ਕਾਂਗਰਸ ਪਾਰਟੀ ਤੋਂ ਸਾਰੇ ਬੈਂਗਲੋਰ ਛਡਵਾ ਲਏ ਗਏ, ਰਾਹੁਲ ਗਾਂਧੀ ਦਾ ਹੀ ਘਰ ਹੀ ਖੋਲਿਆ ਗਿਆ ਸੀ, ਲੇਕਿਨ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੋਲ ਕੈਬਨਿਟ ਰੈਂਕ ਦਾ ਅੱਜ ਵੀ ਘਰ ਹੈਗਾ। ਉਹੀ ਚਾਮਦਾਮ ਸਿਕਿਉਰਿਟੀਆਂ ਹੈਗੀਆਂ। ਰਾਸ਼ਟਰਪਤੀ ਦੀ ਜਦੋਂ ਵੋਟ ਪਾਉਣੀ ਹੁੰਦੀ ਉਦੋਂ ਵੀ ਅਕਾਲੀ ਦਲ ਉਹਨਾਂ ਨੂੰ ਪਾਉਂਦਾ ਜਾਂ ਹੋਰ ਵੀ ਕਿਤੇ ਆਰਡੀਨੈਂਸ ਤੇ ਖੜਾ ਹੋਣਾ ਹੁੰਦਾ। ਐਲਾਨ ਹੋਣਾ ਬਾਕੀ ਹੈ, ਅਲਾਇੰਸ ਪੱਕਾ, ਕਿਉਂਕਿ ਦੋਨੋਂ ਪਾਰਟੀਆਂ ਅੱਜ ਜਿਹੜਾ ਜ਼ਮੀਨੀ ਸਤਰ ਤੇ ਆਪਦਾ ਜਿਹੜਾ ਸਭ ਕੁਝ ਖੋ ਚੁੱਕੀਆਂ। ਉਹਨਾਂ ਨੂੰ ਪਤਾ ਕਿ ਸਾਡਾ ਕੁਝ ਨਹੀਂ ਵੱਟਿਆ ਜਾਣਾ, ਅਸੀਂ ਇਕੱਠੇ ਹੋਈਏ। ਸੋ ਆਲਰੇਡੀ ਅਲਾਇੰਸ ਹੈਗਾ। ਇਹ ਤਾਂ ਰੋਜ਼ ਇੱਕ ਦੂਜੇ ਨੂੰ ਬੇਵਕੂਫ ਬਣਾਇਆ ਜਾ ਰਿਹਾ। ਸਾਡੀ ਗੱਲ ਕਰਦੇ ਆ, ਉਹ ਪਹਿਲਾਂ ਥੋੜਾ ਆਪਣਾ ਧਿਆਨ ਰੱਖਣ ਕਿ ਤੁਸੀਂ ਕੀ ਕੀਤਾ। ਤੁਸੀਂ ਦਿੱਲੀ ਹਾਈਕਮਾਨ ਨੂੰ ਮਿਲ ਕੇ ਆਏ, 19 ਤਰੀਕ ਨੂੰ ਇੰਡੀਆ ਅਲਾਇੰਸ ਦੀ ਮੀਟਿੰਗ ਹੈ। ਪੰਜਾਬ ਚ ਵੀ ਕਹਿੰਦੇ ਕਿ ਸਰਵੇ ਹੋਣੇ ਸ਼ੁਰੂ ਹੋ ਗਏ ਕਿ ਅਲਾਇੰਸ ਨੂੰ ਲੈ ਕੇ, 7-7 ਸੀਟਾਂ ਨੂੰ ਲੈ ਕੇ। ਤੁਹਾਨੂੰ ਵੀ ਇਸ ਤਰੀਕੇ ਨਾਲ ਕਿਹਾ ਗਿਆ ਕਿ ਦੇਖੋ ਕਿਹੜੀਆਂ ਸੀਟਾਂ ਕਿਵੇਂ ਰਹਿਣੀਆਂ। ਅਲਾਇੰਸ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ? ਕਿਉਂਕਿ ਬਹੁਤ ਸਾਰੇ ਸੁਰ ਵੱਖੋ ਵੱਖ ਨਿਕਲਣੇ ਸ਼ੁਰੂ ਹੋ ਗਏ। ਸੰਦੀਪ ਪਾਠਕ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਭਾਰੀ ਵੀ ਨੇ, ਉਹ ਵੀ ਕਹਿ ਰਹੇ ਕਿ 19 ਤਰੀਕ ਦੀ ਮੀਟਿੰਗ ਦੇ ਵਿਚ ਤੈਅ ਕਰਾਂਗੇ ਸੀਟ ਸ਼ੇਅਰਿੰਗ ਨੂੰ ਲੈ ਕੇ। ਰਾਘਵ ਚੱਡਾ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ। ਪੰਕਜ, ਆਈ ਡੋਂਟ ਨੋ ਟੂ ਬੀ ਵੈਰੀ ਓਨੈਸਟ, ਬਿਕੋਜ਼ ਮੈਨੂੰ ਕਦੇ ਹਜੇ ਤੱਕ ਨਹੀਂ ਕਿਸੇ ਨੇ ਕਿਹਾ। ਕਾਂਗਰਸ ਪਾਰਟੀ ਦੇ ਸਾਡੇ ਕਾਂਗਰਸ ਪ੍ਰਧਾਨ ਨੇ ਜਾਂ ਰਾਹੁਲ ਜੀ ਨੇ, ਖੜਗੇ ਸਾਹਿਬ ਹੋਰਾਂ ਨੇ, ਮੈਨੂੰ ਇਸ ਤਰੀਕੇ ਦਾ ਕੋਈ ਹਿੰਟ ਨਹੀਂ ਦਿੱਤਾ ਕਿ ਤੁਸੀਂ ਸੀਟ ਸ਼ੇਅਰਿੰਗ ਨੂੰ ਲੈ ਕੇ ਕੰਮ ਕਰੋ। ਹਾਂ, ਮੀਡੀਆ ਚੈਨਲਸ ਤੇ ਕਈ ਇਧਰ ਉਧਰ ਲੋਕ ਚਲਾ ਦਿੰਦੇ ਨੇ, ਤਾਂ ਪੁੱਛੀਦਾ ਕਿੱਥੋਂ ਚਲਾਤਾ, ਕਹਿੰਦੇ ਸੋਰਸਿਸ ਹੈਗੇ ਨੇ। ਸੌਖੀ ਗੱਲ ਹੈਗੀ ਹੈ। ਸਾਨੂੰ ਇਹ ਕਿਹਾ ਗਿਆ ਕਿ 13-13 ਸੀਟਾਂ ਤੇ ਤਿਆਰੀ ਕਰੋ ਐਂਡ ਅਸੀਂ ਚੁਣਾਵ ਲੜਨਾ। ਔਰ ਮੈਨੂੰ ਨਹੀਂ ਲੱਗਦਾ ਕਿ ਪਾਰਟੀ ਕਿਸੇ ਵੀ ਪ੍ਰਕਾਰ ਦੀ ਕੋਈ ਸਾਡੇ ਤੇ ਆਪਦਾ ਕੋਈ ਫੈਸਲਾ ਥੋਪੇਗੀ। ਸਾਨੂੰ ਸੁਣਿਆ ਜਾਏਗਾ, ਸਾਡੀ ਗੱਲ ਸੁਣੀ ਜਾਏਗੀ। ਫੈਸਲਾ ਉਹੀ ਹੋਏਗਾ ਜੋ ਪੰਜਾਬ ਕਾਂਗਰਸ ਦੇ ਜਾਂ ਪੰਜਾਬ ਦੇ ਲੋਕ ਚਾਹੁੰਦੇ ਹੋਣ। ਇੰਡੀਆ ਅਲਾਇੰਸ ਨੂੰ ਲੈ ਕੇ ਗੱਲਬਾਤ ਹੋਈ ਸੀ ਕਿ ਪੰਜਾਬ ਨੂੰ ਲੈ ਕੇ ਤੁਸੀਂ ਗੱਲਬਾਤ ਕੀਤੀ ਜਾਂ ਦੱਸਿਆ? ਆਪਣੀ ਫੀਡਬੈਕ ਤਾਂ ਦਿੱਤੀ ਹੋਏਗੀ ਗਰਾਊਂਡ ਤੋਂ ਕਿ ਪੰਜਾਬ ਦੇ ਲੋਕ, ਕਾਂਗਰਸ ਦੇ ਲੋਕ ਕੀ ਚਾਹੁੰਦੇ ਆ ਅਲਾਇੰਸ ਨੂੰ ਲੈ ਕੇ? ਪੰਕਜ, ਜਦੋਂ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤਾਂ ਮੈਂ ਉਹਨੂੰ ਦੱਸਣਾ ਕਿ ਇਹ ਬਗਲੇ 6 ਮਹੀਨਿਆਂ ਤੋਂ ਇਹ ਖ਼ਬਰਾਂ ਚੱਲ ਰਹੀਆਂ ਨੇ। ਤੁਸੀਂ ਕਹਿ ਰਹੇ 13 ਪੰਜਾਬ ਔਰ 1 ਚੰਡੀਗੜ੍ਹ। ਮੇਰਾ ਚੰਡੀਗੜ੍ਹ ਨਾਲ ਕੋਈ 13 ਪੰਜਾਬ ਚੰਡੀਗੜ੍ਹ ਦਾ, ਚੰਡੀਗੜ੍ਹ ਦਾ ਪੀਸੀਸੀ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਦੱਸਣਾ। ਹੁਣ ਮੈਂ ਦਿੱਲੀ ਦੀ ਗੱਲ ਕਿਵੇਂ ਦੱਸ ਸਕਦਾ ਤੁਹਾਨੂੰ? ਪਰ ਮੈਨੂੰ ਹਜੇ ਤੱਕ ਇਹੀ ਕਿਹਾ ਗਿਆ ਕਿ 13-13 ਤੇ ਸਟ੍ਰੈਟਜੀ ਬਣਾਓ, ਕਿੱਦਾਂ ਚੁਣਾਵ ਲੜਨੇ, ਕੀ ਪ੍ਰੋਗਰਾਮਸ ਹੋਣੇ ਚਾਹੀਦੇ ਆ, ਕਿਵੇਂ ਤੁਸੀਂ ਆਈਡੈਂਟੀਫਾਈ ਕਰਨੇ ਆ ਆਪਦੇ ਕੈਂਡੀਡੇਟਸ ਐਂਡ ਆਲ ਦੈਟ। ਕੁਝ ਤੈਅ ਕੀਤੇ ਕਿ ਕੈਂਡੀਡੇਟ ਕਿਹੜੇ ਕਿਹੜੇ ਕਿੱਥੇ ਕਿੱਥੇ ਕਿਵੇਂ ਕਿਵੇਂ ਮਜ਼ਬੂਤ ਨੇ? ਕਿਉਂਕਿ ਆਲਰੇਡੀ ਤੁਹਾਡੇ 7 ਕੈਂਡੀਡੇਟ ਹੈ ਜਿਹੜੇ ਜਿੱਤੇ ਹੋਏ ਨੇ। ਪਟਿਆਲਾ ਦੇ ਵਿਚ ਨਵਾਂ ਚਿਹਰਾ ਹੋਏਗਾ ਜਾਂ ਹੁਸ਼ਿਆਰਪੁਰ ਦੇ ਵਿਚ ਨਵਾਂ ਚਿਹਰਾ ਹੋ ਸਕਦਾ? ਕਿਸ ਤਰੀਕੇ ਨਾਲ ਕੋਈ ਹੈ ਪਲੈਨਿੰਗ ਕਿ 7 ਉਹੀ MP ਰਹਿਣਗੇ? ਮੈਨੂੰ ਲੱਗਦਾ ਕਿ ਬਹੁਤ ਪ੍ਰੋਫੈਸ਼ਨਲੀ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਆਪਦਾ ਜੋੜ ਤੋੜ ਲਗਾ ਰਹੀ ਹੈ, ਔਰ ਮੈਨੂੰ ਬਹੁਤ ਸਾਰੀਆਂ ਜਗ੍ਹਾ ਤੋਂ ਅਲੱਗ ਅਲੱਗ ਤਰੀਕੇ ਦੇ ਨਾਲ ਫੀਡਬੈਕ ਲਿਆ ਜਾ ਰਿਹਾ।
ਐਂਡ ਕਿੱਥੇ ਕਿਹਨੂੰ ਲੜਾਉਣਾ ਹੈ, ਕੌਣ ਚੰਗਾ ਕੈਂਡੀਡੇਟ ਹੋ ਸਕਦਾ ਹੈ। ਪਾਰਟੀ ਲੱਗੀ ਵੀ ਹੈ ਔਰ ਮੈਨੂੰ ਉਮੀਦ ਹੈ ਕਿ ਜਿੱਤਣ ਵਾਲੇ ਚਿਹਰਿਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਏ। ਸਿਟਿੰਗ ਐਮ ਪੀ ਰਹਿਣਗੇ ਜਿਹੜੇ? ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਸਿਟਿੰਗਸ ਐਮ ਐਲ ਏ ਐਮ ਪੀ ਜਾਂ ਐਮ ਐਲ ਏ ਜਾਂ ਜੋ ਵੀ ਹੈ, ਇਹ ਫੈਸਲਾ ਹਾਈਕਮਾਂਡ ਹੈ, ਮੇਰੇ ਕੋਲ ਇਸ ਗੱਲ ਦਾ ਮੈਂਡੇਟ ਨਹੀਂ ਹੈ। ਲੇਕਿਨ ਪਾਰਟੀ ਪ੍ਰੋਫੈਸ਼ਨਲੀ ਕੰਮ ਕਰ ਰਹੀ ਹੈ ਕਿ ਜਿਹੜੇ ਜਿੱਤਣ ਵਾਲੇ ਚਿਹਰੇ ਹੈ, ਜਿਹੜੇ ਲੋਕਾਂ ਦੀ ਮੰਗ ਹੈ, ਉਨ੍ਹਾਂ ਨੂੰ ਪਾਰਟੀ ਟਿਕਟਾਂ ਦੇਵੇਗੀ। ਧੰਨਵਾਦ। ਤਾਂ ਰਾਜਾ ਬੜਿੰਗ ਸੁਨੀਲ ਜਾਖੜ ਨੂੰ ਵੀ ਜਵਾਬ ਦੇ ਰਹੇ ਨੇ ਔਰ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਸਾਰੀ ਉਮਰ ਕਾਂਗਰਸ ਦੇ ਵਿਚ ਰਹੇ ਔਰ ਅੱਜ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਔਰ ਨਾਲ ਹੀ ਨਾਲ ਕਹਿ ਰਹੇ ਨੇ ਕਿ ਲੋਕ ਸਭਾ ਦੀਆਂ 13 ਦੀਆਂ 13 ਸੀਟਾਂ ਤੇ ਕਾਂਗਰਸ ਤਿਆਰੀ ਕਰ ਰਹੀ ਹੈ। ਕੈਮਰਾਮੈਨ ਅਜੇ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।